ਗਾਇਸ ਕਿੱਦਾਂ ਤੁਸੀਂ ਸਾਰੇ, ਆਈ ਹੋਪ ਤੁਸੀਂ ਸਾਰੇ ਵਧੀਆ ਹੋਣੇ ਨੇ। ਸੋ ਗਾਇਸ ਅੱਜ ਦੀ ਇਸ ਵੀਡੀਓ ਨੂੰ ਖਾਣ ਜਾ ਰਹੇਗਾ ਮੇਰੀ ਲਾਈਫ ਦਾ ਵਲੋਗ ਕਿ ਮੇਰਾ ਦਿਨ ਕਿੱਦਾਂ ਜਾਂਦਾ ਹੈ ਕੈਨੇਡਾ ਦੇ ਵਿੱਚ, ਐਂਡ ਐਜ਼ ਅ ਸਟੂਡੈਂਟ ਮੇਰੀ ਲਾਈਫ ਕਿੱਦਾਂ ਦੀ ਹੈ। ਸੋ ਯਾ ਆਪਾਂ ਅੱਜ ਇਸ ਵੀਡੀਓ 'ਚ ਉਹੀ ਦਿਖਾਉਂਗੇ। ਐਂਡ ਸੈਕਿੰਡਲੀ ਥੈਂਕ ਯੂ ਸੋ ਮੱਚ ਗਾਇਸ, ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਦੇ ਪਏ ਨੇ, ਮੇਰੇ ਕੰਟੈਂਟ ਨੂੰ ਲਾਈਕ ਕਰਦੇ ਪਏ ਨੇ, ਕਿਉਂਕਿ ਮੈਂ ਪਿਛਲੇ ਸਾਲ 1.5 ਸਾਲ ਹੋ ਗਿਆ ਮੇਰੀ ਜਿਹੜੇ ਵਿਊ ਸੀਗੇ ਉਹ ਇੱਕ ਇੱਕ ਸਭ ਦੇ ਸਟੇਬਲ ਹੀ ਸੀਗੇ, ਨਾ ਥੱਲੇ ਜਾਂਦੇ ਪਏਗੇ ਨਾ ਉੱਪਰ ਜਾਂਦੇ ਪਏਗੇ। ਮਤਲਬ ਹਾਂ ਜ਼ਿਆਦਾ ਥੱਲੇ ਚੱਲ ਗਏ ਬਟ ਤਾਂ ਵੀ ਸਟੇਬਲ ਰਹੇ। ਬਟ ਰਾਈਟ ਨਾਓ ਮੇਰਾ ਮੇ ਵੀ ਸਾਰਿਆਂ ਨੂੰ ਕੰਟੈਂਟ ਵਧੀਆ ਲੱਗਦਾ ਪਿਆ, ਐਂਡ ਮੇਰੇ ਜਿਹੜੇ ਸਬਸਕ੍ਰਾਈਬਰ ਐਂਡ ਵਿਊ ਵੀ ਉੱਪਰ ਜਾਂਦੇ ਪਏ, ਤਾਂ ਮੈਂ ਬਹੁਤ ਖੁਸ਼ ਹਾਂ। ਸੋ ਥੈਂਕ ਯੂ ਸੋ ਮੱਚ ਫੋਰ ਸਪੋਰਟਿੰਗ ਮੀ। ਐਂਡ ਹੁਣ ਜੇ ਗੱਲ ਕੀਤੀ ਜਾਵੇ ਮੇਰੀ ਲਾਈਫ ਬਾਰੇ, ਤਾਂ ਮੇਰੀ ਲਾਈਫ ਸਟਾਰਟ ਹੁੰਦੀ ਕਿ ਸਵੇਰੇ ਉੱਠ ਕੇ ਇਹ ਭਗਵਾਨ ਜੀ ਨੂੰ ਮੱਥਾ ਟੇਕ। ਸੈਕਿੰਡਲੀ ਮੇਰੀ ਸਟਾਰਟ ਹੁੰਦੀ ਗੀ ਕੋਲਜ ਜਾ ਕੇ। ਸੋ ਯਾ ਹਲੇ ਮੈਂ ਤਿਆਰ ਹੈ ਨੀਗਾ ਬਟ ਹੁਣ ਮੈਂ ਕੋਲਜ ਜਾਣਾਗਾ, ਸੋ ਮੈਨੂੰ ਤਿਆਰ ਹੋਣਾ ਪੈਣਾ ਉਸ ਤੋਂ ਪਹਿਲਾਂ। ਸੋ ਯਾ ਵਿਦਆਊਟ ਵੇਸਟਿੰਗ ਇਨ ਟਾਈਮ ਆਪਾਂ ਹੁੰਦੇ ਹਾਂ ਤਿਆਰ, ਅਤੇ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਨੂੰ। ਵਿਚਾਰੀ ਚਾਹ ਉਬਾਲਦਾ ਪਏਗਾ, ਪੀ ਨਹੀਂ ਸਵੇਰੇ ਸਵੇਰੇ ਜ਼ਿਆਦਾ ਹੀ ਉਬਲ ਗਈ। ਗਾਇਸ ਆਪਾਂ ਤਿਆਰ ਹੋ ਚੁੱਕੇ ਨੇ, ਇਹ ਸਾਡੀ ਚਾਹ ਪੀ ਗਈ। ਚਾਹ ਪੀਣੀ ਗਏ, ਚਾਹ ਪੀ ਲਓ। 2000 ਵਿੱਚ ਬੜਾ ਟੈਂਟ ਸੀ ਨਾ, ਤਾਂ ਹਾਂ ਲੈਪਟੋਪ ਚੱਕਣਾ ਅਤੇ ਇਹ ਬੈਗ 'ਚ ਫਿਰ ਰਵਾਨਾ ਹੋਣਾ ਇੱਥੋਂ ਕੋਲਜ ਲਈ। ਇੱਥੇ 10:24 ਹੋ ਜੂਗੀ ਨਿਕਲ ਪੈਣਾ, ਕਿਉਂਕਿ ਉਸ ਵੇਲੇ ਸਾਡੀ ਬੱਸ ਹੈ ਐਂਡ ਬੱਸ ਤੋਂ ਬਾਅਦ ਟ੍ਰੇਨ ਹੈ। ਤਾਂ ਹਾਂ 11 ਵਜੇ ਕਲਾਸ ਹੈ, ਫਿਰ 12:30 ਫ੍ਰੀ ਹੈ, ਉਸ ਤੋਂ ਬਾਅਦ ਮੈਂ ਦੱਸਦਾ। ਸਾਡੀ ਬੱਸ ਤਾਂ ਨਿਕਲ ਚੁੱਕੀ ਆ, ਤਾਂ ਹੁਣ ਸਾਨੂੰ ਪੈਦਲ ਜਾਣਾ ਪੈਣਾ ਗਾ ਐਲਆਰਟੀ ਸਟੇਸ਼ਨ। ਤਾਂ ਜਿਸ ਕਰਕੇ ਕਦੀ ਕਦੀ ਇਹ ਵੀ ਲਾਈਫ 'ਚ ਸਾਨੂੰ ਐਕਸਪੀਰੀਅੰਸ ਕਰਨਾ ਪੈਂਦਾ ਗਾ, ਜਦੋਂ ਸਾਡਾ ਕੋਲਜ ਲਾਈਫ ਅਤੇ ਆਪਣਾ ਵਰਕ ਲਾਈਫ ਹੋਵੇ। ਅੱਜ ਤਾਂ ਵਿਊ ਦੇਖ ਸਕਦੇ ਨੇ ਕਿੰਨਾ ਅੱਛਾ ਗਾ, ਨਹੀਂ ਤਾਂ ਰੀਡਿੰਗ ਵੀ ਕਰਦੇ ਤਾਂ ਮਤਲਬ ਕਿ ਬਹੁਤ ਹੀ ਜ਼ਿਆਦਾ, ਮਤਲਬ ਕਿ ਹਵਾ ਚੱਲਦੀ ਪਈ ਸੀਗੀ, ਬਰਫ਼ ਬਹੁਤ ਜ਼ਿਆਦਾ ਪੈਂਦੀ ਪਈ ਸੀਗੀ, ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ ਸੀਗਾ। ਪਰ ਇੱਕ ਐਡਵਾਂਟੇਜ ਹੈ, ਛੁੱਟੀਆਂ ਪਈਆਂ ਸੀ ਕੋਲਜ ਤੋਂ ਹਫ਼ਤੇ ਲਈ, ਉਹਦੇ ਕਰ ਰਹੇ ਹਾਂ ਆਪਾਂ, ਅਤੇ ਕੰਮ ਤਾਂ ਕਰ ਹੀ ਰਹੇ, ਬਸ ਇੱਦਾਂ ਰਿਹਾ ਸਾਡਾ ਸਿਸਟਮ। ਗਾਇਸ ਆਪਾਂ ਥੋੜ੍ਹੇ ਲੇਟ ਹੋ ਚੁੱਕੇ ਨੇ, ਇਹ ਦੇਖੋ ਟ੍ਰੇਨ ਪਹਿਲੇ ਜਾ ਚੁੱਕੀ ਹੈ ਇੱਥੋਂ, ਐਂ ਮੈਨੂੰ 10 ਮਿੰਟ ਹੋਰ ਵੇਟ ਕਰਨੀ ਪੈਣੀ, ਜਿਸ ਕਰਕੇ ਮੈਂ ਕੋਲਜ ਲੇਟ ਪੁੱਜਣਾ। ਭਾਈ ਸਾਨੂੰ ਟ੍ਰੇਨ ਦੀ ਗੱਲ ਪਸੰਦ ਹੈ, ਲਾਸਟ 'ਚ ਜਾ ਕੇ ਪੈਂਦੇ ਨੇ, ਲਾਸਟ ਸੀਟ ਜਿਹੜੀ ਹੁੰਦੀ ਗੀ, ਮਤਲਬ ਲਾਸਟ ਜਿਹੜਾ ਪੀਸ ਆਫ ਸੈਟ ਹੁੰਦਾ ਗਾ, ਉੱਥੇ ਬੜੀ ਘੱਟ ਜਨਤਾ ਹੁੰਦੀ ਆ, ਐਂਡ ਇਹ ਆਹ ਕਾਫੀ ਪੀਸਫੁਲ ਹੁੰਦਾ, ਤਾਂ ਆਪਾਂ ਲਾਸਟ 'ਚ ਜਾਊਂਗੇ। ਸੋ ਬਸ ਮੈਂ ਬੈਠ ਚੁੱਕਾ ਲਾਸਟ ਪੀਸ ਆਫ ਟ੍ਰੇਨ 'ਚ, ਜਿਸ 'ਚ ਮਤਲਬ ਕਿ ਇੰਨੀ ਜਨਤਾ ਨਹੀਂ ਹੁੰਦੀ, ਐਂਡ ਜਾਂ ਤੁਹਾਨੂੰ ਕਾਹਦੀ ਵੀ ਜ਼ਿਆਦਾ ਦਿੱਕਤ ਨਹੀਂ ਆਊਗੀ ਇੱਥੇ ਬੈਨ 'ਚ, ਤੁਸੀਂ ਖੁੱਲ੍ਹੇ ਹੋ ਕੇ ਬਹਿ ਸਕਦੇ ਨੇ, ਐਂਡ ਇਸ ਕਰਕੇ ਮੈਂ ਲਾਈਕ ਕਰ ਦਾਂਗਾ। ਐਂਡ ਜਿਹੜੇ ਵੀ ਨਿਊ ਸਟੂਡੈਂਟ ਆਉਂਗੇ, ਮੇਬੀ ਉਹਨਾਂ ਨੂੰ ਰੈਕਮੈਂਡ ਇਹੀ ਕਰੂੰਗਾ, ਜੇ ਤੁਸੀਂ ਟ੍ਰੇਨ 'ਚ ਬਹਿ ਕੇ ਤੁਸੀਂ ਕੋਲਜ ਜਾਣਾਗਾ, ਤਾਂ ਤੁਸੀਂ ਲਾਸਟ ਦੀ ਪਲੇਟ 'ਚ ਬੈਠੋ, ਮਤਲਬ ਸੈਟ 'ਚ ਬੈਠੋ, ਤਾਂ ਕਿ ਤੁਹਾਨੂੰ ਜ਼ਿਆਦਾ ਦਿੱਕਤ ਨਾ ਆਵੇ, ਕਿਉਂਕਿ ਮੈਂ 2 ਵੀ ਉਹਨਾਂ ਸਿਖਾਵਾਂ, ਮੈਂ ਅੱਗੇ ਹੁੰਦਾ ਬੜੀ ਜਨਤਾ ਹੁੰਦੀ ਉੱਥੇ, ਮਤਲਬ ਲਾਸਟ ਹੀ ਵਧੀਆ ਗਈ। ਫਿਰ ਟ੍ਰੇਨ ਚੱਲ ਪਈਗੀ, ਐਂਡ ਜਿਹੜਾ ਤੁਸੀਂ ਦੇਖ ਸਕਦੇ ਲਿਖਿਆ ਪਿਆ ਇੱਥੇ ਕਿ ਫੀਟ ਆਫ ਸੀਟ, ਸੋ ਸਾਨੂੰ ਸੀਟ 'ਤੇ ਸਾਨੂੰ ਆਪਣਾ ਪੈਰ ਨਹੀਂ ਰੱਖਣਾ ਗਾ, ਕਿਉਂਕਿ ਇੱਥੇ ਮਤਲਬ ਕਿ ਰੂਲ ਦੇ ਖਿਲਾਫ਼ ਗਾ, ਜਿੱਥੇ ਤੁਸੀਂ ਬਾਕੀ ਏਰੀਆ ਦੇਖ ਸਕਦੇ ਨੇ ਉਹ ਸੀਟ। ਲਓ ਜੀ ਕਰੋਨਾ ਸਟੇਸ਼ਨ ਪੁੱਜ ਗਏ, ਤਾਂ ਫਿਰ ਚੱਕੋ ਸਟੇਸ਼ਨ ਦੇ ਬਾਹਰ ਤਾਂ ਨਿਕਲ ਗਏ ਆਪਾਂ ਐਂਡ ਕੋਲਜ। ਓ ਯੈਸ, ਹਾਲਾਂਕਿ ਕਲਾਸ ਮੈਂ ਮਿਸ ਕਰਤੀ ਗੀ, ਜੋ ਕਿ ਹੈਗੀ ਕੰਜ਼ਿਊਮਰ ਬਿਹੇਵੀਅਰ, 5 ਮਿੰਟ ਲੇਟ ਗਾ ਐਂਡ ਉੱਥੇ ਪੁੱਜਣਾ ਛੇਤੀ ਗਾ, ਪਰ ਚਲੋ ਹੈਗੀ ਹਾਈ ਫਲੈਕਸ ਵਿੱਚ ਵੀ ਇਟਸ ਔਨਲਾਈਨ, ਬਟ ਯਾਰ ਕਲਾਸ ਅਟੈਂਡ ਕਰਨੀ ਜ਼ਰੂਰੀ ਹੈ, ਕਿਉਂਕਿ ਮੇਰੇ ਮਿਡਟਰਮ 'ਚ ਬੜੇ ਘੱਟ ਸਕੋਰ ਆਏ ਨੇ, ਐਂਡ ਫਾਈਨਲ 'ਚ ਅਤੇ ਅਸਾਈਨਮੈਂਟ 'ਚ ਮਾਰਕਸ ਕੰਬਾਈਨ ਹੋ ਕੇ ਪਾਸ ਹੋ ਸਕਦਾ। ਐਂਡ 2 ਈਅਰਸ ਕਮਾਂ, ਸਬਜੈਕਟ ਤਾਂ ਈਜ਼ੀ ਆ, ਮੈਮ ਬੜੀ ਕੱਬੀ ਆ, ਉਹ ਵੀ ਕੋਲ ਜਾ ਚੁੱਕੇ ਨੇ ਆਪਾਂ, ਅਤੇ ਹੁਣ ਸਿੱਧਾ ਕਲਾਸ ਲੰਘ ਜਾਣੀ। ਲਈ ਵੈਲਕਮ ਲਿਖਿਆ ਪਿਆ, ਕੀ ਕਰੀਏ ਹੈਗੇ ਨੇ ਫੇਮਸ ਬੰਦੇ ਆ। And self-completion, the idea of self-completion, okay? So even though it's just a... ਲੋ ਵੀ ਕਲਾਸ ਤੋਂ ਨਿਕਲ ਗਏ ਬਾਹਰ, ਹੁਣ ਚਲੋ ਲਾਇਬ੍ਰੇਰੀ 'ਚ ਪੜ੍ਹੀਏ। ਐਂਡ ਯਾਰ ਬਾਕੀ ਹੁਣ 1 ਘੰਟਾ ਰਹਿ ਗਿਆ ਕੁਛ, ਤਾਂ ਉਹਦੇ 'ਚ ਮੈਂ ਸਟੱਡੀ ਕਰਨੀ ਗੀ, ਜਿਹੜਾ ਕਿ ਅਸਾਈਨਮੈਂਟ ਹੈ ਜੋ ਕਿ ਅਰਾਊਂਡ 25%। ਹਾਂ ਦੋਸਤ ਦਾ ਫੋਨ ਆ ਗਿਆ ਮੇਰੇ, ਬਈ ਸਾਡੇ 11 ਮਿੰਟ ਦਾ ਫੋਨ ਆ ਗਿਆ ਪੜ੍ਹਨ ਦੇ ਵੇਲੇ, ਕਹਿੰਦਾ ਆ ਜਾ ਉੱਥੇ ਗੇਮ ਖੇਡਦੇ। ਐਕਚੁਲੀ ਇੱਥੇ ਈ ਸਪੋਰਟ ਚੱਲਦਾ ਗਾ ਕੈਲਡ ਦੇ 5ਵੇਂ ਫਲੋਰ 'ਤੇ, ਤਾਂ ਮੈਂ ਚੱਲਾਂ ਉੱਥੇ ਖੇਲਣ, ਗੇਮ ਤੈਨੂੰ ਮਿਲਣ ਚੱਲਾਂ,
गेम ही खेलनी खेलते फिर उस तो बाद क्लास भी क्लास लग जानी तो गाइस मैं आ गया ऊपर अपने दोस्त ने मिलना पर मेरा दोस्त था सीओडी खेलता पया मैं सीधे ही रूम में भाई वंशु भाजी ने मिला दो यार मैं वंशु भाजी ने मिलना पर वंशु वंशु यार तेरी कितनी पॉपुलैरिटी यार गुरप्रीत ने मनाई पी यार इतने थैंक यू लिख दे इन्हों फैंस बैठे हैं गेम खेलते पे ने तुम कुछ कहना चाहोगे हां जी वंशु भाजी ओए होए दीदी ने गद्दा मिल गया की दीदी नु अच्छा गद्दा मिल गया ग्रुप में तो आता ट्रांसफर वाली हां वेल इथे हे गाइस वेलकम टू माय ब्लॉग चैनल एंड ओ जी थे गेम खेलते पे सारे तो वो भी भाई गेम च इतने मगन होए पे ने कहंदे बाद च मिलदा हुन ता फिर अपन चले थले उस वेले ते ਹੁਣੇ ਮੈਨੂੰ ਮੇਲ ਆਏ ਕਲਾਸ ਕੈਂਸਲ ਹੋ ਚੁੱਕੀ ਤਾਂ ਕਲਾਸ ਕੈਂਸਲ ਹੋ ਗਈ ਤਾਂ ਮੈਂ ਕਿਹਾ ਚਲੋ ਠੀਕ ਆ ਬਾਈ ਜੀ ਨੇ ਚੈੱਸ ਖੇਲਣ ਦੇ ਲਾਇਬ੍ਰੇਰੀ 'ਚ ਆ ਕੇ ਸੋ ਗਾਇਸ ਹੁਣ ਥੋੜ੍ਹਾ ਫਰੀ ਹੋਏ ਸੀਗੇ ਤਾਂ ਮੈਂ ਕਿਹਾ ਚਲੋ ਗੇਮ ਖੇਲੀ ਜਾਂਦੇ ਪਏ ਨੇ ਸਾਡੇ ਨਾਲ ਕਾਸ ਬਾਈ ਬੈਠੇ ਪਏ ਨੇ ਹੈਲੋ ਹੋਰ ਬਸ ਆਪਾਂ ਫਿਰ ਇਸ ਤਰ੍ਹਾਂ ਦੇ ਖੇਲਦੇ ਆ ਦੇਖਦੇ ਕੀ ਬਣਦਾ ਲੋ ਵੀ ਗਾਇਸ ਉਲਟਾ ਹੀ ਹੋ ਗਿਆ ਭਾਅ ਜੀ ਯਾਰ ਲੈ ਕੇ ਦੋ ਆਪਾਂ ਰਹਿ ਗਏ ਇੱਕ ਸਿੰਗਲ ਚਲੋ ਜੀ ਚੈਸਟ ਹੁਣ ਫਰੀ ਹੋਏ ਨੇ ਹੁਣ ਸਾਡੇ ਗੁਰਪ੍ਰੀਤ ਭਾਅ ਜੀ ਨੇ ਤਾਂ ਭਾਈ ਬਹੁਤ ਜ਼ਿਆਦਾ ਮਤਲਬ ਕਿ ਫੇਮਸ ਨੇ ਇਹਨਾਂ ਨੇ ਫੇਮਸ ਕਰਾਇਆਗਾ ਵੰਸ਼ੂ ਕਿਨੂੰ ਨਹੀਂ ਵੰਸ਼ੂ ਫੇਮਸ ਹੋ ਗਿਆ ਸੀ ਆਪਣੇ ਅੱਛਾ ਠੀਕ ਹੈ ਠੀਕ ਹੈ ਉਹਨੂੰ ਸਾਰੀ ਕ੍ਰੈਡਿਟ ਤਾਂ ਮਿਲ ਗਈ ਨਾ ਭਾਈ ਹਾਂ ਉਹਨੂੰ ਮਿਲ ਗਈ ਪਹਿਲਾਂ ਧਮਕੀ ਵੀ ਆਈ ਸੀ ਗੋਲਡੀ ਬਰਾੜ ਦੀ ਕਹਿੰਦਾ ਵੰਸ਼ੂ ਚੱਕ ਦੇਣਾ ਗੱਦਾ ਨਹੀਂ ਭਾਲ ਕੇ ਦਿੰਦਾ ਉਹ ਅੱਛਾ ਭਾਲ ਦੇ ਓਕੇ ਯਾਰ ਵੰਸ਼ੂ ਯਾਰ ਜੇ ਤੂੰ ਵੀਡੀਓ ਦੇਖ ਲਵੇ ਥੈਂਕ ਯੂ ਕਹਿੰਦਾ ਨਹੀਂ ਯਾਰ ਨਹੀਂ ਉਹਦਾ ਬੰਦਾ ਉਹ ਆਪਣੇ ਸ਼ੀਸ਼ੇ ਹੀ ਆ ਉਹ ਹਾਂ ਚਲੋ ਟੀਮ ਤੇ ਆ ਗਏ ਹੋਰ ਕੀ ਇਹ ਤਾਂ ਸਾਡੇ ਨਾਲ ਮਿੱਠੇ ਹੀ ਹੈ ਇਹ ਹੈਲੋ ਕਹਿ ਦੋ ਸਾਰੇ ਜਾਣੇ ਯਾਰ ਚਲੋ ਜੀ ਸਟੀਵ ਟੀ ਚੱਕ ਲਈਗੀ ਇਸ ਤੋਂ ਬਾਅਦ ਚੱਲ ਜਾਂਦੇ ਆਪਾਂ ਕਲਾਸ 'ਚ ਜੋ ਕਿ ਆਪਣੀ ਹੈਗੀ ਆ ਤਾਂ ਇਸ ਤੋਂ ਬਸ ਦਾ ਕੰਮ ਤੇ ਹੁਣ ਆਈ ਸੇ ਸਿੰਗਲ ਸਟੈਪ ਵੀ ਗਾਟ ਰੈਵਨਿਊਸ ਵੀ ਗਾਟ ਐਕਸਪੈਂਸਸ ਐਂਡ ਦੈਟਸ ਪ੍ਰੀਟੀ ਮੱਚ ਇਟ ਵੈਨ ਵੀ ਸਟਾਰਟ ਲੁਕਿੰਗ ਐਟ ਅ ਮਲਟੀ ਸਟੈਪ ਇਨਕਮ ਸਟੇਟਮੈਂਟ ਜੀ ਵੀ ਤਾਂ ਸਾਡੀ ਕਲਾਸ ਹੋਈ ਖਤਮ ਅਤੇ ਚੱਲੇ ਆਪਾਂ ਬਾਹਰ ਕਿਉਂਕਿ ਇੱਥੋਂ ਐਗਜ਼ਿਟ ਲੈਣਾ ਆਪਾਂ ਜ਼ਿਆਦਾ ਮਤਲਬ ਜੋ ਸੀਗਾ ਨਹੀਂ ਕੁਛ ਪੜਾਇਆ ਨਹੀਂ ਕੁਛ ਖਾਸ ਬਸ ਦਸਤਕ ਅਸਾਈਨਮੈਂਟ ਇੰਨੀ ਨੂੰ ਹੈ ਐਂਡ ਬਹੁਤ ਵੱਡੀ ਵੱਡੀ ਅਸਾਈਨਮੈਂਟਾਂ ਕਰਨੀਆਂ ਪੈਂਦੀਆਂ ਬੜਾ ਔਖਾ ਹੈ ਅਤੇ ਸਾਹਮਣੇ ਬੱਚੇ ਹੁੰਦੇ ਉੱਤੇ ਬੱਚਿਆਂ ਨੂੰ ਦੇਖ ਕੇ ਥੋੜ੍ਹਾ ਬੜੀ ਖੁਸ਼ੀ ਹੁੰਦੀ ਹੈ ਸੋ ਹੁਣ ਗਾਇਸ ਮੈਂ ਕੰਮ 'ਤੇ ਜਾਣ ਲੱਗਾਗਾ ਐਂਥ ਐਡਮਿੰਟਨ ਸਿਟੀ ਕਿੱਦਾਂ ਲੱਗਦਾ ਗਾ ਐਕਚੁਅਲੀ ਮੈਂ ਡਾਊਨ ਟਾਊਨ 'ਚ ਇਹ ਜਿਹਾ ਡਾਊਨ ਟਾਊਨ ਹੈ ਐਂਡ ਹਾਂਜੀ ਤਾਂ ਇਹ ਡਾਊਨ ਦੇਖ ਲਓ ਸੋ ਯਾਰ ਗਾਇਸ ਡਾਊਨ ਟਾਊਨ ਕਾਫੀ ਵੱਡਾ ਗਾ ਐਂਡ ਕਾਫੀ ਅੱਛਾ ਵੀ ਗਾ ਐਂਡ ਜੇ ਕਿਸੇ ਨੇ ਮੈਨੂੰ ਟਾਈਮ ਮਿਲਿਆ ਤਾਂ ਮੈਂ ਜ਼ਰੂਰ ਡਾਊਨ ਟਾਊਨ ਦਾ ਮੈਂ ਤੁਹਾਨੂੰ ਵਲੋਗ ਅਪਲੋਡ ਕਰੂੰਗਾ ਆਪਣੇ ਚੈਨਲ 'ਤੇ ਹਾਲਾਂਕਿ ਹਲੇ ਟਾਈਮ ਮੈਨੂੰ ਮਿਲਿਆ ਨਹੀਂ ਵੀਡੀਓ ਬਣਾਉਣ ਦਾ ਬਟ ਯਾ ਜਦੋਂ ਫਰੀ ਹੋਇਆ ਤਾਂ ਬਣਾਊਂਗਾ ਐਂਡ ਇਹ ਵਿੰਟਰ ਟਾਈਮ 'ਚ ਤਾਂ ਇੰਨਾ ਅੱਛਾ ਨਹੀਂ ਹੈ ਨਹੀਂ ਗਾ ਬਟ ਜਦੋਂ ਸਮਰ ਆਊਂਗਾ ਤਾਂ ਦਿਖਾਊਂਗਾ ਕਾਫੀ ਅੱਛਾ ਲੱਗਦਾ ਗਾ ਇਹ ਐਂਡ ਤੁਸੀਂ ਨਾਲ ਦੀ ਹਰਿਆਲੀ ਵੀ ਦੇਖੀ ਤਾਂ ਉਹ ਵੀ ਵਧੀਆ ਹੋਊਗੀ ਸੋ ਯਾ ਇਹ ਲਓ ਜੀ ਜਿੱਥੇ ਮੈਂ ਕੰਮ ਪਾਪਾ ਜੋਨ 'ਤੇ ਪੀਜ਼ਾ ਸਟੋਰ ਹੈ ਐਂਡ ਇਸ ਪੀਜ਼ਾ ਸਟੋਰ 'ਤੇ ਮੈਂ ਮਤਲਬ ਸਟਾਫ ਦਾ ਮਤਲਬ ਪੀਜ਼ੇ ਬਣਾਉਂਦਾ ਗਾ ਮੈਂ ਕੋਮਲ ਦੀ ਸੋ ਯਾ ਕਲੋ ਆ ਜਾਓ ਕੰਮ ਦੇ ਅੰਦਰ ਚਲੋ ਵੀ ਕੰਮ 'ਤੇ ਆ ਗਏ ਨੇ ਅਤੇ ਕੱਪੜੇ ਚੇਂਜ ਕਰਕੇ ਕੰਮ ਸਟਾਰਟ ਕਰਦੇ ਨੇ ਚਲੋ ਵੀ ਪੀਜ਼ਾ ਸਟੋਰ 'ਤੇ ਆ ਗਏ ਪੀਜ਼ਾ ਸਲੈਬ ਕਰਦੇ ਨੇ ਆਪਾਂ ਪੀਜ਼ਾ ਬਣਿਆ ਪਿਆ ਗਾ ਐਂਡ ਔਡਰ ਆਇਆ ਪਿਆ ਚਲੋ ਬਣਾਉਂਦੇ ਮੱਚ 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 ਲੇਟਰ ਓਏ ਦੇਖੋ ਯਾਰ ਕੰਮ ਤਾਂ ਪੁੱਜ ਗਏ ਆ ਬੈਠੇ ਪਏ ਨੇ ਬ੍ਰੇਕ 'ਤੇ ਆਫਟਰ ਵਰਕਿੰਗ 3 hours ਪਰ ਟੋਟਲ ਮੇਰੇ ਜਿਹੜੇ ਘੰਟੇ ਨਹੀਂ ਹੱਲੇ ਅੱਜ ਤੋਂ 6-15 ਮਤਲਬ ਕਿ 6 ਘੰਟੇ 15 ਮਿੰਟ ਲਾਉਣਾ ਇਸ ਕੰਮ 'ਤੇ ਅੱਜ ਮੈਂ ਤਾਂ ਤੁਹਾਨੂੰ ਮੈਂ ਐਕਸਪਲੇਨ ਦੱਸਾਂ ਕੰਮ ਬਾਰੇ ਜਿੱਥੇ ਪੀਜ਼ਾ ਸਟੋਰ ਕੰਮ ਕਰਦਾ ਗਾ ਮੈਂ ਤਾਂ ਯਾਰ ਠੀਕ ਹੀ ਹੈ ਮਤਲਬ ਵਿੱਚ ਵਿੱਚ ਔਡਰ ਆਉਂਦੇ ਵਿੱਚ ਵਿੱਚ ਨਹੀਂ ਆਉਂਦੇ ਤਾਂ ਔਡਰ ਬਣਾਏ ਤਾਂ ਜ਼ਿਆਦਾ ਔਡਰ ਆ ਜਾਂਦੇ ਤਾਂ ਬਿਜ਼ੀ ਹੋ ਜਾਂਦਾ ਜੇ ਔਡਰ ਨਾ ਆਵੇ ਤਾਂ ਮੇਰੇ ਕੋਲ ਇੱਕਦਮ ਸਲੋ ਹੁੰਦਾ ਤਾਂ ਯਾਰ ਇੱਕ ਪੂਰਾ ਸਮਾਂ ਦੱਸਿਆ ਜਾਵੇ ਤਾਂ ਵੀਕਐਂਡ ਬੜਾ ਬਿਜ਼ੀ ਹੁੰਦਾ ਅਤੇ ਵੀਕਡੇਜ਼ ਕਦੀ ਕਦੀ ਬਿਜ਼ੀ ਹੁੰਦਾ ਉੱਦਾਂ ਠੀਕ ਰਹਿੰਦਾ ਹਾਲਾਂਕਿ ਹੁਣ ਬ੍ਰੇਕ 'ਤੇ ਆ ਤਾਂ ਆਰਾਮ ਨਾਲ ਬੈਠਾ ਪਿਆ ਤਾਂ ਗਾਇਸ ਹੁਣ ਜਦੋਂ ਫਰੀ ਹੋ ਜਾਂਦੇ ਆਪਾਂ ਇਸ ਕੰਮ ਤੋਂ ਕਿਤੇ ਤਾਂ ਫਿਰ ਸਾਨੂੰ ਕੋਈ ਐਕਸਟਰਾ ਕੰਮ ਕਰਨੇ ਹੁੰਦੇ ਜਿੱਦਾਂ ਇਹ ਔਡਰ ਨਹੀਂ ਆਇਆ ਤਾਂ ਵੀ ਪਾਪੜੇ ਬਣਾਉਣੇ ਸਭ ਕੁਝ ਐਕਸਟਰਾ ਆਈਟਮ ਬਣਾਉਣੀ ਜਿੱਦਾਂ ਹੁਣ ਮੈਂ ਬਣਾ ਲੱਗਦਾ ਗਾ ਹੋਰ ਬਾਈ ਬਿਜ਼ੀ ਹੋ ਗਿਆ ਬਿਜ਼ੀ
चलो जी जेड़ा पिज़्ज़ा बनाया वो जाऊंगा हूँ ओवन च। ये रखता हूँ ओवन च, अगे जाते पिज़्ज़ा पास में। ये लास्ट भी जो ही खत्म होया ओए, मैं कहेगा लास्ट सोचेगा मैं पिज़्ज़ा मतलब कि मैं पहला कहेगा मैं चलो ये बड़ा स्लो है पर इन्ना बिजी हो गया इन दैंड ओए। उस तो पहले ही मतलब थोड़े ऑर्डर हो रहे थे अभी मैं इन्वेंटरी सेट करनी है इन्वेंटरी के बिच ही ऑर्डर आ गए ओए होए। Few moments later. सच्ची बाबे मैं सच्ची सब बड़ा गुस्सा चढ़ता देखो हो गया कि 12 मतलब 11 पूरे बज चुके ने गए नहीं बंदे इतने जोड़े है की करा यार। मैम प्लीज कॉट साइड ऑलरेडी मैन वी आर ऑलरेडी क्लोज प्लीज गो आउटसाइड मिस वी ऑलरेडी क्लोज प्लीज गो आउटसाइड। यार पंगा ही है लाइफ यार की यार इधर बंदे करके ना मैं बड़ा देर तक अपना कल क्लास है मेरी की किया जाए इधर बंदे का यार डाउन टाउन का यही डिसएडवांटेज है होमलेस बंदे बड़े आने तंग बड़ा करते हैं फिर बाद चू तुम नेगोशिएट करना पड़ता बार बार। No, are you ready to go outside? No. Please, ma'am, we are already closed. It's 11 and I have to go. I have to go at home. And tomorrow I have my classes early in the morning. You don't care. We have to go. Yeah. That's what I just said. I just said, yeah, I'm going to wait outside. I'm just trying to tell him on the phone that I will be outside Papa John's to wait by late for the store is. यार जान के सेम हो गई रिपीट हो गई लाइना बोलते पे जान के बाहर जाना ही नहीं। थैंक यू सो मच इज द प्लेस प्लीज गो आउटसाइड थैंक यू सो मच बाय बाय शुक्र रब मार दी रब दी कड़ी दा यार। ओ लो जी और कस्टमर आते इन्होंने लगे ओपन है बाहर देख लो 11 लगे पे 11 बजे पे बंद है 11 बजे सर दिमाग खराब हो गया हूँ मेरा अच्छी या इना करके ना फिर ना उठ नहीं हुंदा सवेरे मेरे तो बड़ा पंगा रहिंदा यार लाइफ चीज़ इना करके यार इसी करके कहिंदा कि एडमिंटन ना डाउन एक तो होमलेस बंदे तो बच के रहो तो इन्हें नैगोशिएट करना सीखो यार बड़े तंग दिमाग बड़ा खराब करते इना करके मैंने वेट ये वेट भी बड़ा कराते काम से मेरा एक बार नहीं तीन बार हो चुके मैं इधर सेम है कि मेरी क्लोजिंग सी अज चलो कोई ना इनू ऑफ कर देंगे हूँ तो चलो इन भी कर देंगे ऑफ ਅੱਗੇ ਚੀਜ਼ਾਂ ਤਾਂ ਔਫ ਹੋ ਗਈਆਂ ਲੈਟ ਮੀ ਸੀ ਸੈਟ ਹੈਗਾ ਜਾਂ ਨਹੀਂ ਹੈਗਾ ਫਾਈਨਲੀ ਗਾਇਸ ਉਹ ਬਾਹਰ ਨਿਕਲੇ ਨੇ ਅਤੇ ਬੜਾ ਪੰਗਾ ਰਹਿੰਦਾ ਯਾਰ ਅੱਗੇ ਚੀਜ਼ਾਂ ਦੇ ਚਲੋ ਹੁਣ ਆਪਾਂ ਕਲੋਜ਼ਿੰਗ ਕਰਦੇ ਆਪਣੀ ਕਲੋਜ਼ਿੰਗ ਕਰਕੇ ਕੱਪੜੇ ਜੀ ਕਰਕੇ ਚੱਲਦੇ ਕਰੇ। ਚਲੋ ਵੀ ਉਹ ਪਹਿਲੇ ਨਿਕਲ ਜਾਂਦੇ ਨੇ ਪਰ ਕਰਤਾ ਪੱਕਾ ਹੀ ਕਿੰਨੇ ਵਜੇ ਨਿਕਲ ਜਾਣਾ ਆਪਾਂ ਹੁਣ ਨਿਕਲਣ ਲੱਗੇ ਨੇ ਅਤੇ ਆਪਣਾ ਇਹ ਰਿਹਾ ਤਾਂ ਚੱਕੋ ਬੈਗ ਨੂੰ ਨਿਕਲਦੇ ਨੇ ਬੱਤੀ ਬੰਦ ਕਰਕੇ ਕਰਤੀ ਬੱਤੀ ਬੰਦ ਅਤੇ ਨਿਕਲੇ ਆਪਾਂ ਹੁਣ ਸਭ ਚੀਜ਼ਾਂ ਦੇਖ ਲਏ ਚੱਕਲੀਆਂ ਡਬਲ ਸਭ ਬੰਦ ਹੈ ਤਾਂ ਆਪਾਂ ਹੁਣ ਨਿਕਲ ਜਾਣਾ ਬਾਹਰ ਬੈਕ ਡੋਰ ਤੋਂ ਸਾਨੂੰ ਹੈ ਨਹੀਂ ਹੁਣ ਕੋਈ ਕੰਮ ਲੈਣ ਦੇਣਾ ਆਪਾਂ ਪੁੱਜ ਕੇ ਬਾਹਰ ਹੋਏ 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 ਇਹ ਰਾਤ ਦਾ ਮਾਹੌਲ ਐਡਮਿੰਟਨ ਦਾ ਬਿਲਕੁਲ ਸ਼ਾਂਤ ਉੱਤੋਂ ਬਰਫ ਪਈ ਹੈ ਪਰ ਇੰਨੀ ਹਵਾ ਮਤਲਬ ਕਿ ਇੰਨੀ ਠੰਡ ਹੈ ਨਹੀਂ ਕਿ ਨਾ ਹਵਾ ਹੀ ਨਹੀਂ ਚੱਲਦੀ ਪਈ ਗੁੱਡ ਹੈ ਇੰਨਾ ਕੁ ਟੈਂਪਰੇਚਰ ਗੁੱਡ ਹੈ ਉਹ ਦੇਖੋ ਸਰ ਸੈਂਚਰੀ ਪਾਰਕ ਦੀ ਉਹ ਬਹਿ ਕੇ ਇਹਦੇ ਚੱਲਦੇ ਨੇ ਹਾਲਾਂਕਿ ਵੀਡੀਓ ਦੀ ਕੁਆਲਿਟੀ ਬੜੀ ਖਰੀ ਆਉਂਦੀ ਵੀ ਇੱਥੇ ਆ ਕੇ ਯਾਰ ਚਲੋ ਬਈ ਆਪਣਾ ਸਟੇਸ਼ਨ ਆ ਗਿਆ ਇੱਥੇ ਤਾਂ ਪੈਂਦੇ ਨੇ ਆਪਾਂ ਬਾਹਰ ਆਪਾਂ ਹੁਣ A few moments later. ਮੈਂ ਵੀ ਪੁੱਜ ਗਿਆ ਆਪਾਂ ਆਪਣੇ ਘਰੇ ਤਾਂ ਚੱਲਦੇ ਆਪਣੇ ਰੂਮ ਨੂੰ ਹੁਣ ਹਾਂ
चलो अपने रूम में जाते हैं हूँ मैट जगा के हूँ थोड़ा जो रिलैक्स होंगे ने कपड़े कपड़े खोल के ते बैग रख के हाँ जिदा उस देख लिया मतलब कि एज बाकी स्टूडेंट की लाइफ एंड मेरी लाइफ किदा जाती गी सो हाँ अज इस वीडियो मैं इन्ना ही कवर कर पाया तो आई होप गाइस तुम्हें पता चलिया हो कि मेरी लाइफ किदा दी जाती भी इतने एडमिनिस्ट्रेशन तुम आईडी बुला सकते तुम्हारी भी किदा ही जा सकती गी सो हाँ अज की वीडियो इन्ना ही है सो थैंक यू फॉर वॉचिंग दिस वीडियो एंड आई होप नैक्सट वीडियो जी होगी मैं जिनी छेती अपलोड करा उन्नी छेती अपलोड करूँगा तो वधिया होए होगी सो हाँ जी गाइस अज की इस वीडियो इन्ना ही सो थैंक यू सो मच फॉर वॉचिंग दिस वीडियो आई होप तुम्हें वीडियो अच्छी लगी होनी है जो तुम्हें वीडियो अच्छी लगी तो प्लीज़ मेरे चैनल में लाइक कर दियो चैनल की होंगे तो मेरे वीडियो में लाइक कर दियो चैनल सबसक्राइब कर दियो एंड बैल आइकन दबाना ना भूलियो ताकि तुम्हें मेरी हर एक वीडियो डेली और डेली नोटिफिकेशन मिलती रहे सो या थैंक यू सो मच गाइस लव यू ऑल एंड आई होप तुम खुश हो गए एंड जिते भी जाओ इंडिया हो या फिर कैनेडा हो खुशी रहो तो वधिया है सो या थैंक यू सो मच बाय टेक केयर